ਡੇਰਾ ਚਲਾਉਣ ਵਾਲੇ ਬਾਬਾ ਚੁੱਪ ਦਾਸ ਉੱਤੇ ਕੁੜੀ ਨੂੰ ਅਗਵਾ ਕਰ ਮਾਰਕੁੱਟ ਕਰਨ ਅਤੇ ਜਬਰਨ ਵਿਆਹ ਕਰਵਾਉਣ ਦੀ ਕੋਸ਼ਿਸ਼ ਦੇ ਇਲਜ਼ਾਮ। ਪੀੜਤਾ ਦੀ ਮਾਂ ਦੇ ਦੁਆਰਾ 181 ਉੱਤੇ ਸ਼ਿਕਾਇਤ ਦੇ ਬਾਅਦ ਸਿਟੀ ਪੁਲਿਸ ਸਟੇਸ਼ਨ ਦੀਆਂ ਟੀਮਾਂ ਨੇ ਮੌਕੇ ਉੱਤੇ ਪਹੁੰਚ ਕੇ ਕੀਤੀ ਕਾਰਵਾਈ। ਬਾਬਾ ਸਾਹਿਤ 6 ਨੂੰ ਕੀਤਾ ਕਾਬੂ। ਸਥਾਨਕ ਸ਼ਹਿਰ ਵਿੱਚ ਡੇਰਾ ਚਲਾਉਣ ਵਾਲੇ ਬਾਬਾ ਚੁੱਪ ਦਾਸ ਉੱਤੇ ਵਿਆਹ ਦੇ ਲਈ ਵਿਚੋਲਗਿਰੀ ਵਿੱਚ ਫੇਲ ਹੋਣ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੁਆਰਾ ਵਿਆਹ ਤੋਂ ਮਨਾਹੀ ਦੇ ਬਾਅਦ ਤੈਸ਼ ਵਿੱਚ ਆਏ ਬਾਬਾ ਚੁੱਪ ਦਾਸ ਨੇ ਮੁੰਡੇ ਪੱਖ ਦੇ ਲੋਕਾਂ ਨੂੰ ਬਰਾਤ ਰੂਪ ਵਿੱਚ ਮੁਕਤਸਰ ਸਾਹਿਬ ਬੁਲਵਾ ਕੇ ਪੀੜਤ ਪਰਿਵਾਰ ਦੀ ਕੁੜੀ ਨੂੰ ਘਰ ਤੋਂ ਅਗਵਾ ਕਰਵਾ ਕੇ ਜਬਰਨ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਨੇ ਮੌਕੇ ਉੱਤੇ ਕਾਬੂ ਕਰ ਲਿਆ। ਪੀੜਤ ਕੁੜੀ ਅਤੇ ਪੀੜਤਾ ਦੀ ਮਾਂ ਨੇ ਦੱਸਿਆ ਹੈ ਕਿ ਅਨੂਪਗੜ੍ਹ ਰਾਜਸਥਾਨ ਤੋਂ ਮੁੰਡੇ ਪੱਖ ਵਾਲਿਆਂ ਵੱਲੋਂ ਬਾਬਾ ਚੁੱਪ ਦਾਸ ਨੇ ਉਹਨਾਂ ਦੀ ਪਹਿਚਾਣ ਕਰਵਾਈ ਸੀ, ਪਰ ਉਹਨਾਂ ਦੁਆਰਾ ਵਿਆਹ ਕਰਨ ਤੋਂ ਮਨ੍ਹਾ ਕਰਨ ਦੇ ਬਾਅਦ ਬਾਬਾ ਨੇ ਜਬਰਨ ਕੁੜੀ ਨੂੰ ਅਗਵਾ ਕਰਨ ਦੇ ਬਾਅਦ ਤਸ਼ੱਦਦ ਕੀਤਾ, ਜਿਸ ਨੂੰ ਪੁਲਿਸ ਨੇ ਮੌਕੇ ਉੱਤੇ ਕਾਬੂ ਕਰਨ ਦੇ ਨਾਲ ਨਾਲ ਪੀੜਤ ਕੁੜੀ ਨੂੰ ਵੀ ਬਾਬਾ ਅਤੇ ਸਾਥੀਆਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ। ਸ਼ਗਨ ਪਾਇਆ ਹੋਇਆ ਸੀ ਕੱਚਾ ਇੱਥੇ, ਇੱਕ ਵਾਰੀ ਪਾ ਕੇ ਗਏ ਸੀ, 15-20 ਦਿਨ ਹੋ ਗਏ ਅਤੇ ਬਾਅਦ ਵਿੱਚ ਅਸੀਂ ਜਵਾਬ ਦੇ ਦਿੱਤਾ ਵਿਚੋਲੇ ਨੂੰ ਅਤੇ ਅਸੀਂ ਕਹਿ ਦਿੱਤਾ ਵੀ ਅਸੀਂ ਕੁੜੀ ਨਹੀਂ ਅਸੀਂ ਕਰਨੀ, ਸਾਨੂੰ ਬੰਦੇ ਠੀਕ ਨਹੀਂ ਲੱਗੇ, ਉਹ ਬੁੜੀਆਂ ਨਹੀਂ ਸਾਨੂੰ ਠੀਕ ਲੱਗੀਆਂ ਉਸ ਵਕਤ, ਤਾਂ ਕਰਕੇ ਮੈਂ ਜਵਾਬ ਦੇ ਤਾ 3-4 ਦਿਨਾਂ ਬਾਅਦ। ਅਤੇ ਉਹਨਾਂ ਨੇ ਬਾਅਦ ਵਿੱਚ ਆ ਕੇ ਕੱਲ੍ਹ ਅਤੇ ਘਰੋਂ ਮੇਰੀ ਕੁੜੀ ਨੂੰ ਕੁੱਟ ਮਾਰ ਕਰਕੇ ਅਤੇ ਘੜੀਸ ਕੇ ਲੈ ਕੇ ਗਏ ਉਹ। ਬਾਬੇ ਚੁੱਪ ਦਾਸ ਨੇ ਮੇਰਾ ਰਿਸ਼ਤਾ ਕਰਵਾਇਆ ਸੀਗਾ, ਨਾਲ ਉਹਨਾਂ ਦਾ ਬੇਟਾ ਸੀਗਾ ਕਾਲਾ, ਅਤੇ ਉਹਨਾਂ ਨੇ ਅਸੀਂ ਰਿਸ਼ਤੇ ਤੋਂ ਜਵਾਬ ਦਿੱਤਾ, ਫਿਰ ਉਹ ਸਾਡੇ ਘਰ ਕਾਫੀ ਗੁੰਡੇ ਗਾਂਡੇ ਲੈ ਗਏ, ਉਹਨਾਂ ਨੇ ਕੁੱਟ ਮਾਰ ਕੀਤੀ ਮੈਨੂੰ, ਸੜਕ 'ਤੇ ਘੜੀਸਿਆ ਬਹੁਤ ਜ਼ਿਆਦਾ, ਫਿਰ ਆਪਦੇ ਘਰ ਲੈ ਆਏ, ਘਰ ਵੀ ਬਹੁਤ ਜ਼ਿਆਦਾ ਕੁੱਟਿਆ। ਅਸੀਂ ਰਿਸ਼ਤੇ ਤੋਂ ਜਵਾਬ ਦੇਤਾ ਸੀਗਾ, ਫਿਰ ਮੰਮੀ ਵਰਗਿਆਂ ਨੇ 181 'ਤੇ ਫੋਨ ਕੀਤਾ ਅਤੇ ਪੁਲਿਸ ਨੇ ਕਾਰਵਾਈ ਕੀਤੀ ਆਪਦੀ, ਉਹਨਾਂ ਦੇ ਚੰਗਲ 'ਚੋਂ ਮੈਨੂੰ ਛਡਾ ਲਿਆ। ਇਸ ਮਾਮਲੇ 'ਚ ਜੀ ਨੂਪਗੜ੍ਹ ਦੇ ਹੈਗੇ ਆ 12-13 ਜਣੇ। ਸਾਡੇ ਧਿਆਨ 'ਚ ਆਇਆ ਜੀ ਇੱਕ ਪ੍ਰੀਤ ਲੜਕੀ ਮੇਜਰ ਸਿੰਘ ਕੋਟੀ ਰੋਡ ਦੀ ਰਹਿਣ ਵਾਲੀ ਹੈ, 3 ਤੋਂ 21 ਦਿਨ ਪਹਿਲਾਂ ਇਸ ਲੜਕੀ ਦਾ ਇੱਕ ਵੀਰੂ ਸਿੰਘ ਨਾਂ ਦਾ ਲੜਕਾ ਨੂਪਗੜ੍ਹ ਰਾਜਸਥਾਨ ਦਾ ਰਹਿਣ ਵਾਲਾ, ਉਹਦੇ ਨਾਲ ਰੋਕਾ ਹੋਇਆ ਸੀਗਾ। ਬਟ ਕੁਛ ਕਾਰਨਾਂ ਕਰਕੇ ਲੜਕੀ ਵਾਲੇ ਨੇ ਜਿਹੜਾ ਹੈਗਾ ਲੜਕੇ ਵਾਲੇ ਨੂੰ ਜਵਾਬ ਦਿੱਤਾ ਸੀ ਵੀ ਅਸੀਂ ਇਹ ਮੈਰਿਜ ਨਹੀਂ ਕਰਨੀ, ਪਰ ਕੱਲ੍ਹ ਲੜਕੇ ਵਾਲੇ ਜਿਹੜੇ ਅਨੂਪਗੜ੍ਹ ਤੋਂ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਹੀ ਜਿਹੜਾ ਹੈਗਾ 10-12 ਬੰਦਿਆਂ ਦੀ ਬਰਾਤ ਲੈ ਕੇ ਇੱਥੇ ਆ ਗਏ ਸੀਗੇ। ਸੋ ਜੋ ਲੜਕੀ ਵਾਲੇ ਚਾਹਵਾਨ ਨਹੀਂ ਸੀਗੇ ਇਸ ਮੈਰਿਜ ਦੀ, ਬਟ ਉਹ ਲੜਕੀ ਨੂੰ ਧੱਕੇ ਨਾਲ ਜਿਹੜਾ ਹੈਗਾ ਚੁੱਕ ਕੇ ਮੌਲ ਰੋਡ 'ਤੇ ਲੈ ਗਏ ਸੀਗੇ।